इंडिया वाले चेक करो जी, बैलर मशीन चल दियां पईआं, गठा बन दियां पईआं ने, ते साडे किसान बड़े परेशान हुंदे ने कि जिहड़ी अप्रूवल हुंदा इहनूं किहड़े पासे लिजाईए, क्योंकि अगों अगली फसल काश करनी हुंदी है, अगर वढ़ना ना वेला आया होवे ते फिर बड़ी परेशानी बनदी है, क्योंकि आम जिहड़े साडे ट्रैक्टर ने उह अप्रूवल नूं नहीं पुत्तर सकदे, रूटावेटर नहीं कर सकदे, अप्रूवल नूं पुत्तरन लई खास किस्म दे रूटावेटर चाहीदे ने, अगर बैलर मशीन आ जाण फिर ते क्या ही बात है, फिर ते किसान दी पराली परूली ਵਿਕਲਣ ਅੱਗ ਪੈਦਾ, ਔਰ ਜਿਹਨੂੰ ਕਿਸਾਨ ਅੱਗ ਲਾ ਕੇ ਸਾੜਦਾ ਹੈ, ਜਿਹਨੂੰ ਜਾਨ ਛੜਾਉਂਦਾ ਕਿ ਮੇਰੀ ਪਰਾਲੀ ਵਾਹਣ ਵੇਲਾ ਹੋਇਆ ਵੇ, ਅਤੇ ਉਹਨਾਂ ਵੇਖੋ ਗੋਰਾ ਬੈਲਰ ਮਸ਼ੀਨਾਂ ਕਰੋੜਾਂ ਟਰੈਕਟਰ ਨੇ ਵੱਡੇ ਮਸ਼ੀਨਰੀ ਹੈ ਅਤੇ ਲੈ ਅਤੇ ਗੱਠਾਂ ਬਣਦੀਆਂ ਪਈਆਂ ਨੇ, ਅਗਰ ਇਹੀ ਉਹ ਗੱਠਾਂ ਵਾਲੀ ਮਸ਼ੀਨਾਂ ਇੰਡੀਆ ਪਾਕਿਸਤਾਨ ਦੇ ਵਿੱਚ ਆ ਜਾਣ ਕਿਸਾਨਾਂ ਕੋਲ, ਕਿੰਨੀ ਸਾਡੀ ਇੱਥੇ ਮੁੰਜੀ ਗਡੀਂਦੀ ਹੈ, ਅਤੇ ਅਸੀਂ ਗੱਠਾਂ ਬਣਾ ਕੇ ਕੀ ਕੋਈ ਨਹੀਂ ਬਣਾ ਸਕਦੇ, ਅਸੀਂ ਆਉਂਦੇ ਨੇ ਸੁਣਿਆ ਸੀ ਮੈਂ ਕਿ ਇੰਡੀਆ ਦੇ ਵਿੱਚ, ਮੈਂ ਇੱਕ ਵੀਡੀਓ ਵੇਖ ਰਿਹਾ ਸਾਂ, ਪਤਾ ਨਹੀਂ ਝੂਠ ਹੈ ਕਿ ਸੱਚ ਹੈ, ਕਿ ਉਹ ਕਹਿੰਦੇ ਸਨ ਕਿ ਬਿਜਲੀ ਜਿਹੜੀ ਗੱਠਾਂ ਬਣਦੀਆਂ ਨਾ ਕੋਈ ਬਣਾਉਂਦੇ ਪੈਣ, ਜਿਹੜੇ ਉਹ ਆਉਂਦੇ ਫੈਕਟਰੀ ਬਣੀ ਹੈ ਉੱਥੇ ਬਿਜਲੀ ਪੈਦਾ ਹੁੰਦੀ ਹੈ, ਤੁਸੀਂ ਕਮੀਜ਼ 'ਚ ਦੱਸਣਾ ਕਿ ਵਾਕਈ ਬਿਜਲੀ ਪੈਦਾ ਹੋ ਰਹੀ ਹੈ, ਬੈਲਰ ਮਸ਼ੀਨਾਂ ਜਿਹੜੀ ਗੱਠਾਂ ਬਣਦੀਆਂ ਨੇ, ਅਤੇ ਫਿਰ ਤਾਂ ਬਹੁਤ ਹੀ ਅੱਛੀ ਗੱਲ ਹੈ, ਬਹੁਤ ਹੀ ਚੰਗੀ ਗੱਲ ਹੈ ਕਿਸਾਨਾਂ ਲਈ ਕਿ ਇਹ ਫੈਕਟਰੀ ਜਾਣ ਦੇ ਕਿਸਾਨਾਂ ਲਈ ਹੋਰ ਫਾਇਦਾ ਸਾਬਤ ਹੋ, ਕਿਉਂ ਕਿਉਂਕਿ ਕਿਸਾਨ ਪੈਸੇ ਵੇਚ ਕੇ ਵੀ ਪੈਸੇ ਕਮਾਵੇਗਾ, ਅਗਰ ਜ਼ਿਆਦਾ ਫੈਕਟਰੀਆਂ ਲੱਗੀਆਂ ਤਾਂ ਇੱਕ ਜਿਹੜੀ ਸਾਡੀ ਇਹ ਬਿਜਲੀ ਬੜੀ ਮਹਿੰਗੀ ਹੋ ਗਈ ਹੈ, ਇਹ ਬਿਜਲੀ ਦਾ ਵੀ ਤੋੜ ਹੈ ਜਿਹੜੀ ਸਸਤੀ ਬਿਜਲੀ, ਕਿਉਂਕਿ ਕਿਸਾਨ ਦੇ ਐਵੇਂ ਹੀ ਅੱਗ ਲਾ ਕੇ ਸਾੜ ਦਿੰਦਾ ਨਾ, ਅਗਰ ਅਸੀਂ ਬਿਜਲੀ ਪੈਦਾ ਕਰਾਂਗੇ ਤਾਂ ਬਹੁਤ ਅੱਛੀ ਗੱਲ ਹੈ, ਅਤੇ ਕਿਉਂਕਿ ਕਿਸਾਨਾਂ ਮੇਨ ਚੀਜ਼ ਵੱਢ ਵਿਹਲਾ ਹੋਵੇ, ਜਿੰਨਾ ਚਿਰ ਕਿਸਾਨ ਦਾ ਵੱਢ ਨਹੀਂ ਨਾ ਵਿਹਲਾ ਹੋਵੇਗਾ, ਅਸੀਂ ਅਗਲੀ ਫਸਲ ਕਾਸ਼ ਨਹੀਂ ਕਰ ਸਕਦੇ, ਕਿਉਂਕਿ ਇਹ ਬੈਲਰ ਮਸ਼ੀਨਾਂ ਹੋਣ ਅਸ਼ਾ ਜ਼ਰੂਰਤ ਹੈ ਕਿਸਾਨਾਂ ਦੀ, ਕਿਉਂਕਿ ਜਿੱਥੇ ਮੁੰਜੀ ਲੱਗਦੀ ਉੱਥੇ ਬੈਲਰ ਮਸ਼ੀਨਾਂ ਲਾਜ਼ਮੀ ਹੈ, ਕਿਉਂਕਿ ਹਕੂਮਤ ਨੇ ਸਾਡੇ ਪਾਕਿਸਤਾਨ ਦੇ ਵਿੱਚ ਮੈਂ ਗੱਲ ਕਰਨਾ ਬੜੀ ਪਾਬੰਦੀ ਲਾਈ, ਸਖਤ ਕਾਨੂੰਨ ਕੀਤਾ ਕਿ ਕੋਈ ਪਰਾਲੀ ਨੂੰ ਅੱਗ ਨਾ ਲਾਵੇ, ਜਿਹੜਾ ਅੱਗ ਲਾਏਦਾ ਉਹਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਏਗੀ, ਅਤੇ ਇੰਡੀਆ ਦੇ ਵਿੱਚ ਪਤਾ ਨਹੀਂ ਪਾਬੰਦੀ ਹਕੂਮਤ ਨੇ ਲਾਈ ਹੈ ਕਿ ਨਹੀਂ ਲਾਈ, ਕਿਉਂਕਿ ਆਹ ਸਮੋਗ ਇਹ ਬਹੁਤ ਜ਼ਿਆਦਾ ਸਿਰਫ ਅੱਗ ਲਾਉਣ ਦੀ ਆਵਾਜ਼ ਆਉਂਦੀ ਪਈ ਹੈ ਧੂੰਏ ਦੀ ਵਜ੍ਹਾ ਤੋਂ, ਅਗਰ ਇਹਦੇ ਕੰਟਰੋਲ ਹੋ ਜਾਵੇ ਨਾ ਪਰਾਲੀ ਨੂੰ ਸਾੜਨ 'ਤੇ, ਸਾਡਾ ਮਾਹੌਲ ਸਾਫ਼ ਹੋ ਸਕਦਾ, ਸਿਰਫ ਪਰਾਲੀ ਵਜ੍ਹਾ ਤੋਂ ਜਿਹੜੇ ਕਿਸਾਨ ਅੱਗ ਲਾਉਂਦੇ ਨੇ, ਕਿਸਾਨ ਹੀ ਫਿਰ ਮਜਬੂਰ ਹੈ, ਕਿਸਾਨ ਕੀ ਕਰੇ, ਕਿਸਾਨ ਕੋਲ ਇੰਨੇ ਵਸਾਇਲ ਨਹੀਂ ਹੈਗੇ ਕਿ ਪਰਾਲੀ ਨੂੰ ਕਿਹੜੇ ਕਿਸੇ ਪਾਸੇ ਠਿਕਾਣੇ ਲਾ ਸਕੇ, ਉਹਦਾ ਹਾਲੇ ਯਾਰ ਰੂਟਾਵੇਟਰ ਕਰੇ ਵੱਡੇ ਟਰੈਕਟਰ, ਹੁਣ ਆਮ ਟਰੈਕਟਰ ਜਿਹੜੇ ਨਾ ਉਹ ਸਾਡੇ ਪਰਾਲੀ ਪੁੱਤਰ ਨਹੀਂ ਸਕਦੇ, ਉਹਦੇ ਲਈ ਖਾਸ ਕਿਸਮ ਦੇ ਵੱਡੇ ਟਰੈਕਟਰ ਰੂਟਾਵੇਟਰ ਚਾਹੀਦੇ ਨੇ ਜਾਂ ਬੈਲਰ ਮਸ਼ੀਨਾਂ ਚਾਹੀਦੀਆਂ ਜਿਹੜੀਆਂ ਚੱਲਦੀ ਪਈ ਹੈ, ਇਹੀਓ ਹਾਲੇ ਇਹਦਾ ਕਿਸਾਨ ਇਹਦਾ ਫਾਇਦਾ ਉਠਾਵੇ, ਬਾਹਰੋਂ ਮੰਗਾਵੇ, ਹੁਣ ਕਈਆਂ ਕਿਸਾਨਾਂ ਜ਼ਿਹਨ ਵਿੱਚ ਸਵਾਲ ਹੋਵੇਗਾ ਕਿ ਐਡੀਆਂ ਮਹਿੰਗੀਆਂ ਮਸ਼ੀਨਰੀਸ ਕਿਵੇਂ ਮੰਗਾਵਾਂਗੇ, ਕਿਉਂਕਿ ਮਹਿੰਗੀ ਬੜੀ ਹੈ, ਗੱਲ ਵੀ ਠੀਕ ਹੈ, ਇਹ ਅਸੀਂ ਤਾਂ ਮੰਗਾ ਸਕਦੇ ਹਾਂ ਹਕੂਮਤ ਸਾਨੂੰ ਸਬਸਿਡੀ ਦੇਵੇ, ਜਿਹੜੀ ਟੈਕਸ ਲਾਇਆ ਡਿਊਟੀ ਲਾਈ ਉਹ 0% ਕਰੇ, ਅਤੇ ਕਿਸਾਨਾਂ ਨੂੰ ਚਾਹੀਦਾ ਕਿ ਰਲ ਕੇ ਅਤੇ ਬਾਹਰੋਂ ਮਸ਼ੀਨਰੀ ਮੰਗਾਵੇ, ਬੈਲਰ ਮਸ਼ੀਨਾਂ ਮੰਗਾਵੇ, ਤਾਂ ਕਿ ਜੇ ਅਸੀਂ ਪਰੂ ਨੂੰ ਅੱਗ ਲਾਉਂਦੇ ਨਾ ਉਹ ਅੱਗ ਨਾ ਲਾ ਸਕੀਏ, ਸਾਡਾ ਮਾਹੌਲ ਸਾਫ਼ ਰਹੇ, ਅਗਰ ਕਿਸਾਨ ਕਿਸੇ ਕਿਸਾਨ ਰਲ ਕੇ ਜਿਹੜੇ ਕਹਿੰਦੇ ਥੋੜ੍ਹੀ ਮਹਿੰਗੀ ਹੈ, ਕੋਈ 4-5-10 ਕਿਸਾਨ ਰਲ ਕੇ ਇਹ ਮਸ਼ੀਨਰੀ ਮੰਗਾਓ, ਤਾਂ ਕਿ ਜੇ ਤੁਸੀਂ ਪੁਰਾਣੀ ਨੂੰ ਅੱਗ ਲਾਉਂਦੇ ਜੇ ਨਾ ਇਹ ਅੱਗ ਨਾ ਲਾ ਸਕੀਏ, ਅਤੇ ਜਿਹੜੇ ਗੱਠਾ ਬਣਾ ਸਕੀਏ, ਅੱਗੇ ਫੈਕਟਰੀਆਂ ਬਣਨ ਦੀਆਂ ਜਿਹਦੇ ਨਾਲ ਬਿਜਲੀ ਪੈਦਾ ਹੋਵੇ, ਸਾਡਾ ਮਾਹੌਲ ਸਾਫ਼ ਰਹੇ, ਕਿਸਾਨ ਜਿਹੜਾ ਅੱਗ ਲਾ ਐਵੇਂ ਵਾਧੂ ਹੈ ਅਤੇ ਕਿਸਾਨ ਵੇਚ ਕੇ ਪੈਸੇ ਜੇਬ 'ਚ ਪਾਏਦਾ, ਉਹ ਤਾਂ ਹੀ ਪਾਏਦਾ ਜੇ ਅਸੀਂ ਇਹ ਬੈਲਰ ਮਸ਼ੀਨਾਂ ਲਿਆਈਏ, ਸਾਡੇ ਪਾਕਿਸਤਾਨ ਦੀ ਜੇ ਮੈਂ ਗੱਲ ਕਰਨਾ ਕੋਈ ਕੀ ਕੰਪਨੀਆਂ ਹੈਗੀਆਂ ਨੇ ਜਿਹੜੀਆਂ ਬੈਲਰ ਮਸ਼ੀਨਾਂ ਲਿਆਈਆਂ ਅਤੇ ਗੱਠਾਂ ਬਣਾਉਂਦੀਆਂ ਪਈਆਂ ਨੇ, ਲੇਕਿਨ ਉਹ ਆਟੇ ਦੇ ਵਾਲ ਦੇ ਬਰਾਬਰ ਬਹੁਤ ਥੋੜ੍ਹੀਆਂ, ਜਿੰਨੀ ਮੁੰਜੀ ਗਡੀਂਦੀ ਹੈ ਇੱਥੇ ਬਹੁਤ ਜ਼ਿਆਦਾ ਮਸ਼ੀਨਰੀ ਚਾਹੀਦੀ ਹੈ ਜਿਹੜੀ ਸਾਡੇ ਕੋਲ ਨਹੀਂ ਹੈਗੀ, ਇੰਡੀਆ 'ਚ ਵੀ ਬਹੁਤ ਥੋੜ੍ਹੀ ਹੈ, ਕਿਉਂਕਿ ਕਿਸਾਨ ਉੱਥੇ ਵੀ ਅੱਗ ਲਾ ਕੇ ਪਰਾਲੀ ਜ਼ਿਆਦਾਤਰ ਸਾੜ ਦਿੰਦਾ ਹੈ, ਇਹ ਜ਼ਿਆਦਾਤਰ ਹੋਣੀ ਚਾਹੀਦੀ ਹੈ ਕਿਉਂਕਿ ਅਗਲੀ ਫਸਲ ਦਾ ਟਾਈਮ ਥੋੜ੍ਹਾ ਹੁੰਦਾ ਹੈ, ਅਤੇ ਕਿਸਾਨ ਜਿਵੇਂ ਜਿਵੇਂ ਮੁੰਜੀ ਵਢਾਉਂਦਾ ਨਾ ਕਿਸਾਨ ਦੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜਾ ਵੱਤਰ ਹੁੰਦਾ ਨਾ ਵੱਢ ਦੇ ਵਿੱਚ ਇਹੋ ਵੱਤਰ 'ਤੇ ਮੈਂ ਕਣਕ ਕਾਸ਼ਤ ਕਰ ਦੇਵਾਂ, ਕਿਉਂਕਿ ਅਗਰ ਪਾਣੀ ਜ਼ਿਆਦਾ ਦੇਰ ਪਈ ਰਹਿ ਦੀ ਲੇਕ ਤਾਂ ਲੇਟ ਹੋ ਜਾਏ, ਕਿਸਾਨ ਦੇ ਵੱਤਰ ਕੁਛ ਘੋਂ ਹੁੰਦਾ ਮਕਾਨ ਹੈ, ਤਾਂ ਕਿਸਾਨ ਫਿਰ ਮਜਬੂਰ ਹੁੰਦਾ ਕਿ ਮੇਰੀ ਕਣਕ ਨਾ ਲੇਟ ਹੋ ਜਾਵੇ ਅਤੇ ਮੇਰਾ ਵੱਢ ਨਾ ਸੁੱਕ ਜਾਵੇ, ਹੋਰ ਇਹਨੂੰ ਅੱਗ ਲਾ ਦਿੰਦਾ ਸੌਖਾ ਹੱਲ ਹੋਵੇ, ਉਹ ਕਿਸਾਨ ਇੱਕ ਸੌਖਾ ਹੱਲ ਕਰ ਤਾਂ ਲੈਂਦਾ ਹੈ, ਫਿਰ ਕਿਸਾਨ ਮਾਹੌਲ ਫਿਰ ਖਰਾਬ ਹੋ ਜਾਂਦਾ ਹੈ, ਅਤੇ ਹਕੂਮਤ ਨੂੰ ਚਾਹੀਦਾ ਕਿ ਜਿੰਨਾ ਤੋਂ ਜਲਦੀ ਹੋ ਸਕੇ ਨਾ ਆਹ ਬੈਲਰ ਮਸ਼ੀਨਾਂ ਮੰਗਾਵੇ, ਸਾਡੇ ਕਿਸਾਨਾਂ ਨੂੰ ਜਦੀਦ ਕਿਸਮ ਦੀ ਬੈਲਰ ਮਸ਼ੀਨਾਂ ਦੇਵੇ, ਜਿਵੇਂ ਹਾਰਵੈਸਟਰ ਮਸ਼ੀਨਾਂ ਨਹੀਂ ਮੰਗਾਈਆਂ, ਭੜੋਲੇ ਮੰਗਾਏ ਸਨ, ਇਵੇਂ ਚਾਹੀਦਾ ਕਿ ਗੱਠਾ ਬਣਾਉਣ ਵਾਲੀ ਮਸ਼ੀਨਾਂ ਸਾਨੂੰ ਹਕੂਮਤ ਬਾਹਰੋਂ ਇੰਪੋਰਟ ਕਰਕੇ ਦੇਵੇ, ਤਾਂ ਕਿ ਕਿਸਾਨ ਜਿਹੜਾ ਪਰੂਲ ਨੂੰ ਅੱਗ ਲਾਉਂਦਾ ਹੈ ਉਹ ਅੱਗ ਨਾ ਲਾ ਸਕੇ, ਅਤੇ ਜਦੀਦ ਤਰੀਕੇ ਨਾਲ ਅੱਛੇ ਤਰੀਕੇ ਨਾਲ ਪਰਾਲੀ ਵਾਲੀ ਮਸ਼ੀਨਾਂ ਗੱਠਾ ਬਣਾ ਕੇ ਫੈਕਟਰੀ ਜਾਵੇ, ਅਗਰ ਫੈਕਟਰੀਆਂ ਚੱਲ ਪਈਆਂ ਤਾਂ ਰੋਜ਼ਗਾਰ ਪੈਦਾ ਹੋਵੇਗਾ, ਕਿਸਾਨ ਦਾ
ਜਿਹੜਾ ਕਿੱਲੇ ਮਗਰ ਪੈਸਾ ਜ਼ਿਆਦਾ ਕਮਾ ਸਕੇਗਾ, ਕਿਉਂਕਿ ਕਿਸਾਨ ਤਾਂ ਫਰੀ ਸਾਠ ਦਿੰਦਾ ਸੀ ਨਾ ਇਹਨੂੰ, ਹੁਣ ਕਿਸਾਨ ਪੈਸੇ ਦੇ ਕੇ ਚੁਕਾਇਆ ਦਾ ਵੱਢ ਕਿਸਾਨ ਦਾ ਵਿਹਲਾ ਹੋ ਜਾਏਗਾ। ਇਹ ਅਸ਼ਾ ਜ਼ਰੂਰਤ ਹੈ, ਬਹੁਤ ਜ਼ਿਆਦਾ ਜ਼ਰੂਰਤ ਹੈ, ਜਿੰਨੀ ਸਾਡੀ ਮੁੰਜੀ ਇੰਡੀਆ ਪੰਜਾਬ ਪਾਕਿਸਤਾਨ ਪੰਜਾਬ ਵਿੱਚ ਅਤੇ ਇੰਡੀਆ ਪੰਜਾਬ ਦੇ ਜਿੰਨੀ ਮੁੰਜੀ ਗਡੀਂਦੀ ਹੈ, ਅਤੇ ਬਹੁਤ ਅਸ਼ਾ ਜ਼ਰੂਰਤ ਹੈ, ਬਹੁਤ ਅਸ਼ਾ ਜ਼ਰੂਰਤ ਹੈ ਕਿ ਜਿਹੜੀ ਸਾਡੇ ਕੋਲ ਮਸ਼ੀਨਾਂ ਨਹੀਂ ਆਈਆਂ ਜਿਹਦੀ ਵਜ੍ਹਾ ਤੋਂ ਅਸੀਂ ਸਾਡਾ ਪਰਾਲੀ ਨੂੰ ਅੱਗ ਲਾ ਕੇ ਹਰ ਸਾਲ ਸਾਡਾ ਸਰਦੀਆਂ ਦੇ ਵਿੱਚ ਨਾ ਖਾਸ ਤੌਰ 'ਤੇ ਸਰਦੀਆਂ ਦੇ ਵਿੱਚ ਇੰਨੀ ਕੁ ਸਾਡੀ ਮਾਹੌਲ ਵਿਜ਼ੀਬਿਲਟੀ ਖਰਾਬ ਹੋ ਜਾਂਦੀ, ਕੰਮ ਹੋ ਜਾਂਦੀ ਹੈ, ਸਿਰਫ ਆਹ ਸਮੋਗ ਦੀ ਹੋਤਾ ਇੰਨੀ ਕੁ ਸਮੋਗ ਆ ਜਾਂਦੀ ਹੈ ਅਤੇ ਸਾਡਾ ਮਾਹੌਲ ਖਰਾਬ ਹੋ ਜਾਂਦਾ, ਸਿਰਫ ਆਹ ਪਰਾਲੀ ਦੀ ਵਜ੍ਹਾ ਤੋਂ ਕਿਸਾਨ ਅੱਗ ਲਾਉਂਦਾ ਅਤੇ ਇਹ ਕਿਸਾਨ ਕੱਲ ਅੱਗ ਨਹੀਂ ਲਾਉਂਦਾ, ਹੋਰ ਜਿਹੜੀ ਚੀਜ਼ਾਂ ਚੱਲਦੀਆਂ ਨੇ ਉਹ ਵੀ ਲੂਦਗੀ ਪੈਦਾ ਕਰਦੀਆਂ, ਪੱਠੇ ਹੋ ਗਿਆ ਅਤੇ ਖਾਸ ਤੌਰ 'ਤੇ ਜਿਹੜੇ ਆਹ ਜਿਹੜੀ ਪਰਾਲੀ ਹੈ ਇਹ ਬਹੁਤ ਜ਼ਿਆਦਾ ਤਦਾਸ਼ ਹੁੰਦੀ ਹੈ, ਕਿਸਾਨ ਇੱਕ ਵਾਰੀ ਯੱਕਦਮ ਅੱਗ ਲਾਉਂਦਾ ਨਾ ਇੱਕ ਚੀਜ਼ ਉਹ ਸਾਰੀ ਉੱਤੇ ਜਾ ਕੇ ਇਕੱਠੀ ਹੋ ਜਾਂਦੀ ਹੈ, ਉਹ ਸਮੋਹ ਦੀ ਸ਼ਕਲ ਅਖਤਿਆਰ ਕਰ ਜਾਂਦੀ ਹੈ, ਲੂਦਗੀ ਬਣ ਜਾਂਦੀ ਹੈ। ਅਤੇ ਇਹਨੇ ਸਿਲ ਫੌਰ ਹਕੂਮਤ ਨੂੰ ਐਕਸ਼ਨ ਲੈਣਾ ਚਾਹੀਦਾ, ਪਾਕਿਸਤਾਨੀ ਹਕੂਮਤ ਨੂੰ, ਇੰਡੀਆ ਦੀ ਹਕੂਮਤ ਨੂੰ ਵੀ, ਕਿ ਕਿਸਾਨਾਂ ਨੂੰ ਸਬਸਿਡੀ ਅਤੇ ਬੈਲਰ ਮਸ਼ੀਨਾਂ ਮੰਗਾ ਕੇ ਦੇਵੇ ਤਾਂ ਕਿ ਕਿਸਾਨ ਗੱਠਾ ਬਣਾ ਕੇ ਆ ਪਰੂ ਨੂੰ ਕਿਸੇ ਪਾਸੇ ਠਿਕਾਣੇ ਲਾ ਸਕੇ, ਕਿਉਂਕਿ ਉੱਥੋਂ ਕਮਿਊਨਿਟੀ ਇੰਡੀਆ ਵੱਲੋਂ ਲਾਜ਼ਮੀ ਦੱਸਣਾ ਹੁਣ ਆਇਆ ਕਿ ਵਾਕਈ ਤੁਸੀਂ ਪਰਾਲੀ ਨੂੰ ਸਾੜਦੇ ਜੇ, ਕਿਵੇਂ ਵੱਢ ਆਪਣਾ ਵਿਹਲਾ ਕਰਦੇ ਜੇ, ਜਾਂ ਗੱਠਾ ਵਾਲੀ ਮਸ਼ੀਨਾਂ ਤੁਹਾਡੇ ਕੋਲ ਜਿਹੜੀਆਂ ਆਈਆਂ ਨੇ ਉਹਦਾ ਤੁਸੀਂ ਗੱਠਾ ਬਣਾ ਕੇ ਅਤੇ ਪਰੂ ਨੂੰ ਕਿਸੇ ਪਾਸੇ ਠਿਕਾਣੇ ਲਾਉਂਦੇ ਜੇ। ਅਗਰ ਤੁਹਾਡੇ ਇਲਾਕੇ 'ਚ ਮਸ਼ੀਨਾਂ ਚੱਲਦੀਆਂ ਪਈਆਂ ਨੇ, ਸੋ ਕਮਿਊਨਿਟੀ 'ਚ ਦੱਸਣਾ ਕਿ ਕਿਹੜੀ ਕੰਪਨੀ ਦੇ ਚੱਲਦੀਆਂ ਪਈਆਂ, ਕਿਵੇਂ ਚੱਲਦੀਆਂ ਪਈਆਂ ਨੇ, ਕੀ ਤਰੀਕਾਕਾਰ ਅਤੇ ਕਿੰਨੇ ਪੈਸੇ ਉਹ ਲੈ ਰਹੀਆਂ ਨੇ, ਤਾਂ ਕਿ ਪਤਾ ਲੱਗ ਸਕੇ ਕਿ ਇੰਡੀਆ ਦਾ ਕਿਸਾਨ ਕਿਵੇਂ ਪਰਾਲੀ ਠਿਕਾਣੇ ਲਗਾਉਂਦਾ ਪਿਆ, ਤਾਂ ਪਾਕਿਸਤਾਨ ਦਾ ਕਿਸਾਨ ਕਿਵੇਂ ਠਿਕਾਣੇ ਲਗਾਉਂਦਾ ਪਿਆ, ਸਾਡਾ ਪਾਕਿਸਤਾਨ ਦੇ ਜਿਹੜਾ ਕਿਸਾਨ ਹੈ ਉਹ ਵੀ ਆਪਾਂ ਤੁਹਾਨੂੰ ਦੱਸ ਦਿੰਦੇ ਹਾਂ ਪਰਾਲੀ ਕੀ ਕਰਦਾ, ਕਿਉਂਕਿ ਜ਼ਿਆਦਾਤਰ ਸਾਡੇ ਕਿਸਾਨ ਨੇ ਉਹ ਤਾਂ ਵਢਾਉਂਦੇ ਨੇ ਕਬੋਟਾ ਮਸ਼ੀਨ ਨਾਲ, ਕਬੋਟਾ ਮਸ਼ੀਨ ਪਰਾਲੀ ਹੁੰਦੀ, ਉਹ ਕਿਸਾਨ ਪਰਾਲੀ ਚੁੱਕ ਲੈਂਦਾ, ਉਹ ਵੇਚੀ ਜਾਂਦੀ, ਕਿਸਾਨ ਮਾਲ ਡੰਗ ਨੂੰ ਪਾ ਲੈਂਦਾ, ਆਲੂਆਂ ਤੋਂ ਸੁੱਟ ਲੈਂਦਾ, ਅਤੇ ਜਿਹੜੀ ਹਾਰਵੈਸਟ ਪਰੂਲ ਹੁੰਦਾ ਨਾ ਮੁੰਜੀ ਦਾ, ਇਹਦਾ ਕਿਸਾਨ ਜ਼ਿਆਦਾਤਰ ਸਾਡੇ ਇੱਥੇ ਅੱਗ ਹੀ ਲਾਉਂਦੇ ਨੇ, ਬਹੁਤ ਥੋੜ੍ਹੀਆਂ ਬੈਲਰ ਮਸ਼ੀਨ ਨੇ ਜਿਹੜੀਆਂ ਗੱਠਾ ਬਣਾਉਂਦੇ ਨੇ, ਲੇਕਿਨ ਜ਼ਿਆਦਾਤਰ ਜਿਹੜੇ ਹੈਗੇ ਨੇ ਕਿਸਾਨ ਉਹ ਫਿਰ ਪਰਾਲੀ ਨੂੰ ਅੱਗ ਲਾ ਕੇ ਸਾੜਦੇ ਪੈਣ, ਜਿਹਦੀ ਮੇਰੇ ਮਗਰ ਵੇਖ ਸਕਦੇ ਵਿਜੀਬਿਲਟੀ ਬਹੁਤ ਥੋੜ੍ਹੀ ਹੈ, ਸਿਰਫ ਸਮੋਗ ਆਈ ਪਈ ਹੈ, ਸਿਰਫ ਆਲੂਦਗੀ ਹੋਏ ਤਾਂ ਪਰਾਲੀ ਨੂੰ ਅੱਗ ਲਾਉਣ ਦੀ ਵਜ੍ਹਾ ਤੋਂ। ਹੁਣ ਇੰਡੀਆ ਵਾਲੇ ਤੁਸੀਂ ਕਮਿਊਨਿਟੀ 'ਚ ਆਪਣੀ ਰਾਏ ਲਾਜ਼ਮੀ ਦੇਣੀ ਹੈ ਕਿ ਤੁਸੀਂ ਜਿਹੜਾ ਤੁਹਾਡਾ ਇੰਡੀਆ ਵਾਲਾ ਕਿਸਾਨ ਹੈ ਉਹ ਪਰਾਲੀ ਨੂੰ ਕਿਵੇਂ ਸਾੜਦਾ ਹੈ, ਕੀ ਕਰਦਾ ਹੈ, ਕਿਉਂਕਿ ਪੂੰਜੀ ਵਢਾਉਂਦਾ, ਅਗਲਾ ਵੱਢ ਆਪਣਾ ਵਾਹਨ ਕਿਵੇਂ ਵਿਹਲਾ ਕਰਦਾ, ਆਇਆ ਕਿ ਉਹ ਰੂਟਾ ਘਟਣਾ ਕਿ ਪੁੱਤਰਦਾ ਪਰਾਲੀ ਨੂੰ, ਕਿਉਂਕਿ ਇੰਡੀਆ ਦੇ ਟਰੈਕਟਰ ਕਾਫੀ ਨੇ, ਕੀ ਪਤਾ ਸ਼ਾਇਦ ਉਹ ਪੁੱਤਰਦਾ ਹੋਵੇ। ਤੁਸੀਂ ਕਮਿਊਨਿਟੀ 'ਚ ਆਪਣੀ ਰਾਏ ਲਾਜ਼ਮੀ ਦੇਣੀ ਹੈ ਕਿ ਤੁਸੀਂ ਇਹ ਪਰਾਲੀ ਨੂੰ ਪਰੂਲ ਨੂੰ ਜੇ ਮੁੰਜੀ ਦਾ ਪਰੂਲ ਹੁੰਦਾ ਹੈ ਇਹਨੂੰ ਕੀ ਕਰਦੇ ਜੇ, ਕਿਵੇਂ ਬਾਹਰ ਕੱਢਦੇ ਜੇ, ਆਇਆ ਕਿ ਰੂਟਾ ਵੇਟਰ ਕਰਦੇ ਜੇ, ਜਾਂ ਤੁਸੀਂ ਬੈਲਰ ਮਸ਼ੀਨਾਂ ਆਈਆਂ ਨੇ ਜਾਂ ਗੱਠਾ ਬਣਦੀਆਂ ਨੇ ਉਹਦੀਆਂ, ਜਾਂ ਤੁਸੀਂ ਇਹਨੂੰ ਵੈਸੇ ਕਿਸੇ ਟਰੈਕਟਰ ਨਾਲ ਕੋਈ ਉਕਰਾ ਅਕਰੂ ਨਾਲ ਬਾਹਰ ਕੱਢ ਦੇਈਏ, ਜਾਂ ਲੇਬਰ ਨਾਲ ਬਾਹਰ ਕੱਢ ਕੇ ਇੱਕ ਪਾਸੇ ਰੱਖ ਦਿੰਦੇ ਜੇ। ਅਤੇ ਇਹ ਆਪਣੀ ਰਾਇ ਤੋਂ ਲਾਜ਼ਮੀ ਦੇਣੀ ਹੈ ਤਾਂ ਕਿ ਪਤਾ ਲੱਗ ਸਕੇ ਕਿ ਕਿਸਾਨ ਇਸ ਵਕਤ ਕੀ ਕਰ ਰਿਹਾ, ਇੱਕ ਪੈਰਲ ਮਸ਼ੀਨਾਂ ਨਾਲ ਇਕੱਠਾ ਬਣਾ ਰਿਹਾ, ਜਾਂ ਜਿੰਨੀ ਸਾਡੀ ਮੁੰਜੀ ਗਡੀਂਦੀ ਪਈ ਹੈ ਨਾ ਇੱਥੇ ਇੰਡੀਆ ਵਿੱਚ ਪਾਕਿਸਤਾਨ ਦੇ ਵਿੱਚ, ਸਾਨੂੰ ਬੈਲਰ ਮਸ਼ੀਨਾਂ ਦੀ ਅਸ਼ਾ ਜ਼ਰੂਰਤ ਹੈ, ਅਤੇ ਜਿਹੜੀ ਅਸੀਂ ਹਾਲ ਤੱਕ ਨਹੀਂ ਲਈਆਂ ਇਹ ਸਾਡੇ ਕੋਲ ਹੋਣੀਆਂ ਚਾਹੀਦੀਆਂ ਸਨ, ਅਤੇ ਜਿੰਨੀਆਂ ਹਕੂਮਤ ਸਾਡੀ ਜ਼ੋਰ ਲਾਉਂਦੀ ਹੈ ਨਾ ਕਿਸਾਨਾਂ 'ਤੇ, ਸਖਤੀ ਕਰਦੀ ਹੈ, ਕੋਈ ਕਿਸਾਨ ਪਰਾਲੀ ਨੂੰ ਅੱਗ ਨਾ ਲਾਵੇ, ਅਗਰ ਇੰਨੀ ਸਖਤੀ ਹਕੂਮਤ ਇੰਨੀ ਇੱਧਰ ਕਰਦੇ ਨਾ ਬੈਲਰ ਮਸ਼ੀਨਾਂ ਸਾਨੂੰ ਸਬਸਿਡੀ 'ਤੇ ਮੰਗਾ ਦੇਵੇ, ਆਹ ਮਾਹੌਲ ਸਾਡਾ ਜਿਹੜਾ ਖਰਾਬ ਹੋਇਆ ਅਸੀਂ ਖਰਾਬ ਹੋਣ ਤੋਂ ਬਚਾ ਸਕਣੀ ਹਾਂ, ਕਿਉਂ, ਕਿਉਂਕਿ ਜਿਹੜੀ ਅਸੀਂ ਗੱਠਾ ਬਣਾ ਕੇ, ਅਤੇ ਸਾਡੇ ਕੋਲ ਹੋਣੀਆਂ ਚਾਹੀਦੀਆਂ ਸਨ ਮਸ਼ੀਨਾਂ ਬੈਲਰ ਵਾਲੀਆਂ, ਕਿ ਜਿਹੜੀ ਸਾਡੇ ਕੋਲ ਨਹੀਂ ਹੈਗੀਆਂ, ਕਿਉਂਕਿ ਕਿਸਾਨ ਨੇ ਤਾਂ ਵੱਢ ਵਿਹਲਾ ਕਰਨਾ ਹੁੰਦਾ ਨਾ, ਅਗਰ ਕਿਸਾਨ ਆਪਣਾ ਵੱਢ ਨਾ ਵਿਹਲਾ ਕਰੇ ਪਰਾਲੀ ਵਿੱਚ ਪਈ ਹੋ, ਕਿਸਾਨ ਕਿਵੇਂ ਕਰਨਾ ਗੱਡੇ ਦਾ, ਕਿਵੇਂ ਆਲੂ ਮੱਕੀ ਗੱਡੇ ਦਾ ਨਾ, ਸੋਚਣਾ ਇਹ ਗੱਲ ਨਾ, ਕਿਸਾਨ ਨੂੰ ਕੋਈ ਸਹੂਲੀਅਤ ਦਿਓ, ਕਿਸਾਨ ਆਪੇ ਕੋਈ ਫਾਇਦਾ ਉਠਾਵੇ, ਅਗਰ ਕਿਸਾਨ ਨੂੰ ਸਹੂਲੀਅਤ ਨਹੀਂ ਦੇਣੀ ਕਿਸਾਨ ਨੇ ਕੀ ਫਾਇਦਾ ਉਠਾਉਣਾ, ਉਹ ਕਿਸਾਨ ਦੇ ਜਿੰਨੇ ਯੁੱਗ ਹੈਗਾ ਕਿਸਾਨ ਉਨੇ ਯੁੱਗ ਕਿਸਾਨ ਨੇ ਫਿਰ ਕਰਨਾ ਹੈ ਨਾ, ਅਤੇ ਸੋਚਣਾ ਪੈਣਾ ਹਕੂਮਤ ਨੂੰ, ਆਪਣੇ ਫੈਸਲੇ ਨਜ਼ਰ ਸਰਨਸਾਨੀ ਕਰਨੀ ਪੈਣੀ ਹੈ, ਮੈਂ ਫਿਰ ਦੁਬਾਰਾ ਨਾ ਹਕੂਮਤ ਨੂੰ ਆਪਣੇ ਫੈਸਲੇ ਨਜ਼ਰ ਸਾਨੀ ਕਰਨੀ ਪੈਣੀ, ਤਾਂ ਕਿ ਜਿਹੜੇ ਕਿਸਾਨ ਨਾ ਇਹਨੂੰ ਬੈਲਰ ਮਸ਼ੀਨਾਂ ਸਬਸਿਡੀ ਦੀ ਹਕੂਮਤ ਮੰਗਾ ਕੇ ਦੇਵੇ, ਤਾਂ ਕਿ ਕਿਸਾਨ ਜਿਹੜੇ ਪਰਾਲੀ ਨੂੰ ਅੱਗ ਲਾਉਂਦੇ ਨਾ ਉਹ ਅੱਗ ਨਾ ਲਾ ਸਕਣ, ਉਹਦੀਆਂ ਗੱਠਾ ਬਣਾ ਸਕਣ ਅਤੇ ਆਪਣਾ ਵੱਢ ਵਿਹਲਾ ਕਰ ਸਕਣ, ਕਿਉਂਕਿ ਕਿਸਾਨ ਇਹਨੇ ਜੋਗਾ ਨਹੀਂ ਹੈਗਾ ਕਿ ਉਹ ਕਰੋੜੇ ਮਸ਼ੀਨਰੀ ਲੈ ਕੇ ਜਿਹਦੇ ਕੋਲ 20 ਕਿੱਲੇ ਪਹਿਲੀ 20 ਕਿੱਲੇ ਮੁੰਜੀ ਗੜਦਾ, ਮਿਸਾਲ ਦੇ ਕੇ ਦੱਸ ਨਵਾਂ ਉਹ ਕਿਵੇਂ ਕਰੋੜੇ ਮਸ਼ੀਨਰੀ ਲੈ ਸਕਦੇ, ਨਹੀਂ ਲੈ ਸਕਦਾ ਨਾ, ਕਿਉਂਕਿ ਇੰਨੀ ਉਹਦੀ ਔਕਾਤ ਹੀ ਨਹੀਂ ਹੈਗੀ, ਇੰਨੀ ਮਹਿੰਗੀ ਕਰੋੜਾਂ ਅਰਬਾਂ ਦੇ ਹਿਸਾਬ ਦੀ ਮਸ਼ੀਨਰੀ ਹੈ, ਕਿਉਂਕਿ ਬਾਹਰੋਂ ਮੰਗਾਉਣੀ ਬੜਾ ਖਰਚਾ ਪੈਣਾ ਡਾਲਰਾਂ 'ਚ ਰੇਟ, ਅਤੇ ਹਕੂਮਤ ਦੀ ਚਾਹੀਦਾ ਕਿ ਸਬਸਿਡੀ ਮੰਗਾ ਕੇ ਦੇਵੇ ਕਿਸਾਨਾਂ ਨੂੰ, ਤਾਂ ਕਿ ਕਿਸਾਨ ਵੀ ਗੱਠਾ ਬਣਾ ਕੇ ਪੈਲੀ ਆਪਣਾ ਵੱਢ ਵਿਹਲਾ ਕਰੇ ਅਤੇ ਮਾਹੌਲ ਸਾਡਾ ਖਰਾਬ ਰਹਿ ਦਾ, ਇਹ ਲਾਜ਼ਮੀ ਹੋਣਾ ਚਾਹੀਦਾ, ਜਿੰਨਾ ਜਿੰਨਾ ਹੋ ਸਕੇ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਦਿਓ, ਤਾਂ ਕਿ ਹਰ ਕਿਸਾਨ ਤੱਕ ਇਹ ਵੀਡੀਓ ਪਹੁੰਚ ਜਾਵੇ ਅਤੇ ਆਪਣੀ ਆਵਾਜ਼ ਹਕੂਮਤ ਤੱਕ ਬੁਲੰਦ ਕਰੀਏ, ਤਾਂ ਕਿ ਗੱਠੜ ਮਸ਼ੀਨਾਂ ਬੈਲਰ ਮਸ਼ੀਨਾਂ ਸਾਡੇ ਕੋਲ ਆ ਸਕਣ, ਅਤੇ ਆਪਣੀ ਰਾਇ ਤੋਂ ਲਾਜ਼ਮੀ ਦੇਣੀ ਹੈ ਤਾਂ
ਜੇ ਪਰੂਵ ਪਰਾਲੀ ਹੁੰਦੀ ਹੈ ਇਹਨੂੰ ਕਿਹੜੇ ਪਾਸੇ ਟਿਕਾਣੇ ਲਗਾਉਂਦੇ ਜੇ। ਮੈਂ ਇੱਕ ਵੀਡੀਓ ਵੇਖੀ ਸੀ ਉਹਦੇ ਪਰੂਲ ਹੁੰਦਾ ਨਾ ਇਹਦੀ ਬੈਲਰ ਜਾ ਬੈਲਰ ਗੱਠਾ ਬਣਾਉਂਦੇ ਨੇ ਅਤੇ ਉਹ ਫੈਕਟਰੀ ਜਾਂਦੇ ਬਿਜਲੀ ਪੈਦਾ ਹੁੰਦੀ ਪਈ। ਆਇਆ ਕਿ ਵਾਕਈ ਇੰਡੀਆ ਦੇ ਵਿੱਚ ਬਿਜਲੀ ਪੈਦਾ ਹੁੰਦੀ ਪਈ ਹੈ। ਸੋ ਰਾਏ ਲਾਜ਼ਮੀ ਦੇਣੀ ਅਤੇ ਚੈਨਲ ਸਬਸਕ੍ਰਾਈਬ ਵੀਡੀਓ ਸ਼ੇਅਰ ਕਰ ਦਿਆ ਜੇ ਤਾਂ ਕਿ ਮਜ਼ੀਦ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਵੀਡੀਓ ਮਾਲੂਮਾਤ ਜ਼ਰਾ ਆਦਮ ਦਲਕ।